ਪੰਜਾਬ ਭਰ ਦੀਆਂ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋਈ ਸੀ ਜਿਸ ਨੂੰ ਲੈ ਕੇ ਠੀਕ ਤਰ੍ਹਾਂ ਦੇ ਪ੍ਰਬੰਧ ਕਰਨ ਦਾ ਦਾਅਵਾ ਵੀ ਸਰਕਾਰ ਕਰ ਰਹੀ ਹੈ। ਗੱਲ ਏਜੰਸੀਆਂ ਦੀ ਕਰੀਏ ਤਾਂ ਅਨਾਜ ਮੰਡੀ ਖੰਨਾ ਦੇ ਵਿੱਚ ਸਰਕਾਰੀ ਏਜੰਸੀਆਂ ਦੀ ਖਰੀਦ ਜਿੱਥੇ ਚੱਲ ਰਹੀ ਹੈ ਉੱਥੇ ਹੀ ਵਪਾਰੀਆਂ ਵੱਲੋਂ ਵੀ ਕਣਕ ਨੂੰ ਲੈ ਕੇ ਖਰੀਦੀ ਜਾ ਰਹੀ ਹੈ, ਪਰ ਮੰਡੀਆਂ ਦੇ ਵਿੱਚ ਪਹੁੰਚੇ ਕਿਸਾਨਾਂ ਦਾ ਕਹਿਣਾ ਹੈ ਕਿ ਮੌਸਮ ਦੀ ਮਾਰ ਕਰਕੇ ਕਿਸਾਨ ਹੋਰ ਪਰੇਸ਼ਾਨ ਹੋ ਰਿਹਾ ਹੈ। ਸਾਨ ਦਾ ਜੋ ਮੌਸਮ ਨੇ ਕਰਤਾ ਵੱਖਰਾ, ਝਾੜ ਘਟ ਗਿਆ ਅਤੇ ਤੁਸੀਂ ਲਾ ਲਓ ਵੀ 20-22 ਕੁਇੰਟਲ ਵਾਲੀ ਕਣਕ ਸਾਰੀ 15-14-16 ਤੱਕ ਰਹਿ ਗਈ ਅਤੇ ਹੁਣ ਪਿੰਡ 'ਚ ਇੱਕੋ ਤਾਂ 73 ਦਾ ਤਬਕਾ ਨਹੀਂ ਹੈ, ਕਿਤੇ ਰਵੇਸਲ ਵੀ ਹੈ, ਰਵੇਸਲ ਦਾ 10 ਕੁਇੰਟਲ ਹੀ ਝਾੜ ਰਹਿ ਗਿਆ, ਬਹੁਤ ਜ਼ਿਆਦਾ ਫਰਕ ਪੈ ਗਿਆ। ਜੇ ਇਹਨੂੰ ਮੰਨੀਏ ਵੀ ਲਾਹੇਵੰਦ ਧੰਦਾ ਨਹੀਂ ਰਿਹਾ, ਇਹ ਤਾਂ ਹੁਣ ਜਿੰਨੀ ਇਹਦਾ ਖਰਚਾ ਉਹੀ ਪੂਰਾ ਕਰੇਗੀ ਕਣਕ। ਇਸ ਵਾਰ ਤਾਂ ਜੀ ਬਹੁਤ ਹੀ ਲੋਸ ਹੋ ਰਿਹਾ ਜੀ ਸਾਡੀ ਕਣਕ, ਪਿਛਲੀ ਵਾਰ 22-23 ਏਕੜ ਦੇ ਮਤਲਬ ਕੁਇੰਟਲ 22-23 ਕੁਇੰਟਲ ਨਿਕਲਦੀ ਹੈ, ਇਸ ਵਾਰ 10-12 ਕੁਇੰਟਲ ਦੀ ਮਸਈ ਨਿਕਲ ਰਹੀ ਆ, ਜਿਹਦੇ ਵਿੱਚ ਸਾਨੂੰ ਬਹੁਤ ਹੀ ਨੁਕਸਾਨ ਹੋ ਰਿਹਾ। ਦੇਖੋ ਪੰਜਾਬ ਦੇ ਵਿੱਚ ਜਿਹੜੀ ਪਰਚੇਜ਼ ਕਰਨ ਐਕਸਪੋਰਟਰ ਨਹੀਂ ਆ ਰਿਹਾ ਉਹਦੇ 1-2 ਰੀਜ਼ਨ ਨੇ, ਕਿਉਂਕਿ ਜਿਹੜੇ ਸਾਡੇ ਪੰਜਾਬ ਦੇ ਨਾਲ ਲੱਗਦੀਆਂ ਸਟੇਟਾਂ ਨੇ ਉਹਨਾਂ ਸਟੇਟਾਂ ਦੇ ਵਿੱਚ ਜਿਹੜਾ ਸਾਰੀ ਮਾਰਕੀਟ ਫੀਸ ਅਤੇ RDF ਆ ਉਹ 1-1% ਹੈ। ਸੋ ਪੰਜਾਬ ਦੇ ਵਿੱਚ ਜਿਹੜਾ ਮਾਰਕੀਟ ਫੀਸ ਅਤੇ RDF 3-3% ਆ, ਸੋ ਵਪਾਰੀ ਇਸ ਕਰਕੇ ਨਹੀਂ ਆਉਂਦਾ, ਉਹਨੂੰ ਜਿਹੜੀ ਕਣਕ ਆ ਦੂਜਿਆਂ ਸਟੇਟਾਂ ਦੇ ਵਿੱਚ ਉਹਨੂੰ ਖਰਚਾ ਘੱਟ ਪੈਂਦਾ, ਉਹਨੂੰ ਸਸਤੀ ਪੈਂਦੀ ਆ। ਇਹਦੇ ਵਿੱਚੋਂ ਸਾਡੇ ਕੋਲ 3,16,000 ਕੁਇੰਟਲ ਦੀ ਖਰੀਦ ਹੋ ਚੁੱਕੀ ਹੈ, ਇਹਦੇ ਵਿੱਚੋਂ 70,000 ਕੁਇੰਟਲ ਸਰਕਾਰੀ ਏਜੰਸੀਆਂ ਨੇ ਲਗਭਗ ਖਰੀਦੀ ਹੈ ਅਤੇ 2,45,000 ਕੁਇੰਟਲ ਪ੍ਰਾਈਵੇਟ ਕੰਪਨੀਆਂ ਨੇ ਪਰਚੇਜ਼ ਕੀਤੀ ਹੈ।